ਗੱਲ ਦਾ ਤੇ ਸਰ ਕੋਈ ਪਤਾ ਨਹੀਂ ਲੱਗਾ ਵੀ ਫੋਨ ਹੀ ਆਇਆ ਵਾ ਜਿੱਦਾਂ ਜਗਰੂਪ ਸਿੰਘ ਦਾ ਕਤਲ ਹੋ ਗਿਆ ਸੀ। ਅਸੀਂ ਵੀ ਸਮਝਦੇ ਹਾਂ ਵੀ ਲੋਕਡਾਊਨ ਆ, ਮਜਬੂਰੀ ਆ, ਪਰ ਸਾਡਾ ਵੀ ਕੋਈ ਦਰਦ ਸਰਕਾਰ ਸਮਝੇ ਵੀ ਸਾਡੇ ਬੱਚੇ ਦੀ ਲਾਸਟ ਸਾਨੂੰ ਯਾਨੀ ਕਿ ਉਹਦਾ ਅਸੀਂ ਚਿਹਰਾ ਵੇਖਣਾ ਚਾਹੁੰਦੇ। ਵਿਦੇਸ਼ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ 22 ਸਾਲ ਦੇ ਪੰਜਾਬੀ ਨੌਜਵਾਨ ਜਗਰੂਪ ਸਿੰਘ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਜਗਰੂਪ ਸਿੰਘ 2 ਸਾਲ ਪਹਿਲਾਂ ਹੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਗਿਆ ਸੀ। ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁੱਤ ਦੇ ਕਤਲ ਹੋਣ ਦੀ ਆਸ਼ੰਕਾ ਜਤਾਈ ਹੈ। ਪਰਿਵਾਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦ ਭਾਰਤ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਪੁੱਤ ਦਾ ਸੰਸਕਾਰ ਕਰ ਸਕਣ। ਕੀ ਨਾਂ ਹੈ ਤੁਹਾਡਾ ਜੀ? ਰਣਜੀਤ। ਕੀ ਗੱਲ ਹੋਈ ਬੇਟੇ ਨੂੰ? ਪਤਾ ਨਹੀਂ ਕੀ ਹੋਇਆ। ਕਦੋਂ ਦੇ ਇੱਥੋਂ ਗਏ? ਮੁੰਡਾ ਕਦੋਂ ਦਾ ਗਾਇਬ ਬਾਹਰ? ਜੁਲਾਈ 'ਚ 2 ਸਾਲ ਹੋ ਜਾਣੇ। ਸਾਨੂੰ ਤੇ ਕੋਈ ਨਹੀਂ ਕੁਛ ਦੱਸਦਾ ਉਹਨੂੰ ਕੀ ਹੋਇਆ ਹੈ। ਸਾਨੂੰ ਨਹੀਂ ਕਿਸੇ ਨੇ ਦੱਸਿਆ, ਕੋਈ ਨਹੀਂ ਦੱਸਦਾ। ਕੋਈ ਕਹਿੰਦਾ ਐਕਸੀਡੈਂਟ ਹੋ ਗਿਆ ਹੈ, ਕੋਈ ਕਹਿੰਦਾ ਕੁਛ ਹੋ ਗਿਆ ਹੈ, ਪਰ ਸਾਨੂੰ ਨਹੀਂ ਪਤਾ ਲੱਗਦਾ। ਅਸੀਂ ਚਾਹੁੰਦੇ ਹਾਂ ਸਾਡੇ ਵੀਰ ਨੂੰ ਇਨਸਾਫ ਮਿਲੇ, ਜਿੰਨੇ ਜੋ ਵੀ ਕੀਤਾ ਉਹਨੂੰ ਜ਼ਰੂਰ ਸਜ਼ਾ ਮਿਲੇ। ਸਾਡਾ ਇਕੱਲਾ ਇਕੱਲਾ ਵੀਰ ਜਗਰੂਪ ਸਿੰਘ ਦਾ ਕਤਲ ਹੋ ਗਿਆ ਸੀ ਤੇ ਅਸੀਂ ਮੰਗ ਇਹੀ ਕਰਦੇ ਹਾਂ। 24 ਤਰੀਕ ਨੂੰ ਫੋਨ ਆਇਆ ਵਾ, ਉਹ ਵੀ ਇਹਨਾਂ ਦੇ ਜਗਰੂਪ ਸਿੰਘ ਦੇ ਨਾਨਕੇ ਆਇਆ ਵਾ ਤਲਵੰਡੀ, ਉਹਨਾਂ ਨੇ ਦੱਸਿਆ ਵਾ। ਉਹ ਜਿਹੜੇ ਨਾਲ ਮੰਗ ਇਹੀ ਕਰਦੇ, ਇੱਕ ਤਾਂ ਅਸੀਂ ਡੈੱਡ ਬੋਡੀ ਦੀ ਵੀਰ ਜੀ ਮੰਗ ਕਰਦੇ ਹਾਂ ਕਿ ਅਸੀਂ ਵੀ ਸਮਝਦੇ ਹਾਂ ਵੀ ਲੋਕਡਾਊਨ ਆ, ਮਜਬੂਰੀ ਆ, ਪਰ ਸਾਡਾ ਵੀ ਕੋਈ ਦਰਦ ਸਰਕਾਰ ਸਮਝੇ ਵੀ ਸਾਡੇ ਬੱਚੇ ਦੀ ਲਾਸਟ ਸਾਨੂੰ ਯਾਨੀ ਕਿ ਉਹਦਾ ਅਸੀਂ ਚਿਹਰਾ ਵੇਖਣਾ ਚਾਹੁੰਦੇ। ਜੋ ਵੀ ਬੰਦੇ ਸੰਸਕਾਰ ਉਹਦੇ ਕਰਾਂਗੇ। ਕਿਹੜੇ ਦੇਸ਼ ਸੀਗਾ ਅਤੇ ਕਦੋਂ ਦਾ ਗਿਆ ਇੱਥੋਂ? ਇਹਨੂੰ 6 ਜੁਲਾਈ ਨੂੰ ਜੀ 2 ਸਾਲ ਹੋਣੇ ਆ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ? ਸਾਨੂੰ ਫੋਨ ਆਇਆ ਜੀ, ਉੱਥੇ ਇਹਦੇ ਨਾਨਕਿਆਂ ਨੂੰ ਫੋਨ ਆਇਆ ਵਾ, ਉੱਥੇ ਕੋਈ ਉਹਨਾਂ ਦਾ ਰਿਸ਼ਤੇਦਾਰ ਸੀਗਾ ਅਤੇ ਉਹਨੂੰ ਫੋਨ ਆਇਆ ਵਾ, ਉਹਨਾਂ ਨੇ ਗਾਂਹ ਸਾਨੂੰ ਦੱਸਿਆ ਵਾ। ਬਾਕੀ ਇਹ ਮੰਗ ਕਰਦੇ ਹਾਂ ਵੀ ਜਿਹੜੇ ਰੂਮ ਦੇ ਵਿੱਚ ਜਿਹੜੇ ਦੇ ਕਲਾਸਰੂਮ ਸੀਗੇ ਮੁੰਡੇ, 5 ਮੁੰਡੇ ਉਹਦੇ ਵਿੱਚ ਰਹਿੰਦੇ। 22 ਤਰੀਕ ਨੂੰ ਸਾਡੇ ਨਾਲ ਬੱਚੇ ਨੇ, 21 ਤਰੀਕ ਨੂੰ ਗੱਲ ਮੇਰੇ ਨਾਲ ਉਹਨੇ ਕੀਤੀ ਆ ਅਤੇ 22 ਦਾ ਲੰਘਿਆ ਅਤੇ 23 ਨੂੰ ਯਾਨੀ ਕਿ ਉਹਦੀ ਮੌਤ ਦੀ ਖਬਰ ਆ ਗਈ ਆ। ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਵੀ ਸਰ ਉੱਥੇ ਉਹਦੇ ਨਾਲ ਰੂਮ ਦੇ ਵਿੱਚ ਰਹਿੰਦੇ ਆ ਉਹਨਾਂ ਤੋਂ ਪੂਰੀ ਪੁੱਛ ਗਿੱਛ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਮਿਲੇ। ਦੂਜੀ ਡੈੱਡ ਬੋਡੀ ਦਾ ਸਰ ਫਿਰ ਅਸੀਂ ਆਉਂਦੇ ਹਾਂ ਕਿ ਸਰ ਸਾਨੂੰ ਡੈੱਡ ਬੋਡੀ ਆਪਣੇ ਬੱਚੇ ਦੀ ਚਾਹੀਦੀ ਹੈ, ਕਿਸੇ ਵੀ ਹਾਲਤ 'ਤੇ ਗੌਰਮੈਂਟ ਤੋਂ ਇਹੀ ਮੰਗ ਕਰਦੇ ਹਾਂ। ਬਾਕੀ ਇਨਸਾਫ ਸਰ ਸਾਨੂੰ ਜ਼ਰੂਰ ਚਾਹੀਦਾ ਵਾ, ਇਕੱਲਾ ਇਕੱਲਾ ਸਾਡਾ ਬੱਚਾ ਸੀ, ਤੁਹਾਨੂੰ ਪਤਾ ਵਾ ਬੱਚੇ ਕਿਹੜੇ ਹਿਸਾਬ ਨਾਲ ਕਿੱਦਾਂ। ਅਸੀਂ ਸਰ ਪੰਜਾਬ ਦੇ ਮੁੱਖ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਦੀ ਕਿਸੇ ਵੀ ਕੀਮਤ 'ਤੇ ਡੈੱਡ ਬੋਡੀ ਲਿਆਂਦੀ ਜਾਵੇ। ਉਹਦਾ ਨਾਂ ਜਗਰੂਪ ਸਿੰਘ ਸੀ। ਕੀ ਗੱਲ ਹੋਈ ਭਾਈ? ਉਹ ਅਸੀਂ ਤਾਂ ਸਾਨੂੰ ਹੁਣ ਕੋਈ ਪਤਾ ਨਹੀਂ, ਸਾਨੂੰ ਤਾਂ ਇਨਸਾਫ ਚਾਹੀਦਾ। ਉਹਨਾਂ ਦੇ ਜਿਹੜੇ ਮੁੰਡੇ ਅੰਦਰ ਰਹਿੰਦੇ ਸੀ, ਉਹਦੇ ਨਾਲ ਰਹਿੰਦੇ ਸੀ, ਉਹਨਾਂ ਦੀ ਪੁੱਛ ਗਿੱਛ ਹੋਵੇ, ਉਹਦੀ ਡੈੱਡ ਬੋਡੀ ਇੱਧਰ ਆ ਜਾਵੇ, ਇਹੋ ਜਿਹੀ ਤਾਂ ਇਨਸਾਫ ਹੀ ਮੰਗਦੇ ਹਾਂ। ਕਿਹੜੇ ਦੇਸ਼ 'ਚ ਆ ਮੁੰਡਾ ਅਤੇ ਕਿੰਨਾ ਚਿਰ ਹੋ ਗਿਆ? ਆਸਟ੍ਰੇਲੀਆ ਆ ਜੀ। ਕਿੰਨਾ ਚਿਰ ਹੋ ਗਿਆ ਇੱਥੋਂ ਗਏ ਨੂੰ? ਉਹਨੂੰ 22 ਮਹੀਨੇ ਹੋ ਗਏ। ਕੀ ਫੋਨ ਕੀ ਆਇਆ ਤੁਹਾਨੂੰ ਕਿ ਕੀ ਗੱਲ ਹੋਈ? ਫੋਨ ਉਹਨੇ ਸਾਡੇ ਨਾਲ ਚੰਗੀਆਂ ਬਣੀਆਂ ਗੱਲਾਂ ਕੀਤੀਆਂ, ਉਹਨੇ ਕੋਈ ਮਾੜੀ ਨਹੀਂ ਕੀਤੀ, ਅਤੇ ਬਾਅਦ 'ਚ ਫੋਨ ਹੀ ਨਹੀਂ ਆਇਆ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ? ਸਾਨੂੰ ਤਾਂ ਫਿਰ ਇਸ ਤਰ੍ਹਾਂ ਗਾਂਹ ਦੀਆਂ ਭੈਣ ਭਰਾ ਸਾਡੇ ਉੱਧਰ ਆ, ਗਾਂਹ ਦੀਆਂ ਪਤਾ ਲੱਗਾ। ਕੀ ਹੁਣ ਮੰਗ ਕੀ ਕਰਦੇ? ਸਾਡੀ ਮੰਗ ਇਹੋ ਜਿਹਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਅਤੇ ਜਿਹੜੀ ਡੈੱਡ ਬੋਡੀ ਆ ਉਹ ਲੈ ਆ ਗਈ ਆ? ਉਹ ਇੱਧਰ ਆ ਜਾਵੇ, ਡੈੱਡ ਬੋਡੀ ਉਹਦੀ ਇੱਧਰ ਆ ਜਾਵੇ ਅਤੇ ਸਾਨੂੰ ਇਨਸਾਫ ਮਿਲ ਜਾਵੇ। ਪੱਟੀ ਤੋਂ ਬਲਜੀਤ ਸਿੰਘ ਦੀ ਰਿਪੋਰਟ।
बिल्कुल सच, ज्योतिष एक विद्या एक साइंस। एस्ट्रोलॉजर बाबा धर्मिंदर जी दा सारी दुनिया नु खुला चैलेंज कि तुसी जिंदगी दी किसी भी समस्या तो परेशान हो, कि तुहाडे व्याह विच हो रही है देरी, कि तुसी संतान सुख तो वांझे हो, कि तुहानू तुहाडा मन चाहिया प्यार नहीं मिल रहा, कि तुसी लाउणा चाहुंदे हो लॉटरी दा सही नंबर, कि तुहानू नौकरी नहीं मिल रही, कि तुहाडा वीजा नहीं लग रहा, कि तुसी विदेश च पक्का होना चाहुंदे हो, धन दी कमी, बीमारी तो परेशानी, घर बैठे बिठाए ही किता जावेगा तुहाडी समस्या दा समाधान, फीस कम होण तो बाद। इन्हां सारियां समस्यावां दे पक्के हल एक बार जरूर मिलो एस्ट्रोलॉजर बाबा धर्मिंदर जी नूं, जो करदे ने मुफ्त सेवा मुफ्त समाधान।